ਐਸਐਫਐਚ ਖਰਾਬ ਖਾਣੇ ਦੀ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਦੇ ਮਾਮਲੇ ਵਿੱਚ ਜਵਾਨ ਤੇਜ ਬਹਾਦਰ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਜਵਾਨ ਦੀ ਪਤਨੀ ਨੇ ਵੀਡੀਓ ਜਾਰੀ ਕਰਕੇ ਇਸ ਮਾਮਲੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਰਖਾਸਤ ਕੀਤੇ ਗਏ ਜਵਾਨ ਤੇਜ ਬਹਾਦਰ ਨੇ ਦੋਸ਼ ਲਾਇਆ ਹੈ ਕਿ ਫੌਜ ਵਿੱਚ ਸਭ ਤੋਂ ਵੱਧ ਭ੍ਰਿਸ਼ਟਾਚਾਰ ਹੈ। ਤੇਜ ਬਹਾਦਰ ਦੀ ਪਤਨੀ ਨੇ ਕਿਹਾ ਕਿ ਜੇਕਰ ਅਜਿਹਾ ਹੀ ਚੱਲਦਾ ਗਿਆ ਤਾਂ ਕਿਹੜੀ ਮਾਂ ਆਪਣੇ ਪੁੱਤਰ ਨੂੰ ਫੌਜ ਵਿੱਚ ਭੇਜੇਗੀ। ਆਪਣੀ ਪਤੀ ਦੀ ਬਰਖਾਸਤੀ ਨੂੰ ਲੈ ਕੇ ਸ਼ਰਮੀਲਾ ਨੇ ਕਿਹਾ ਕਿ ਮੇਰੇ ਪਤੀ ਦਾ ਕੋਰਟ ਮਾਰਸ਼ ਕਰ ਦਿੱਤਾ ਗਿਆ। ਉਸਨੇ ਜਵਾਨਾਂ ਦੇ ਹਿੱਤ ਵਿੱਚ ਕਦਮ ਚੁੱਕਿਆ ਅਤੇ ਦੇਸ਼ ਨੂੰ ਆਪਣਾ ਖਾਣਾ ਹੀ ਦਿਖਾਇਆ ਸੀ। ਉਹਨੇ ਕਿਹਾ ਕਿ ਇੰਨਾ ਵੱਡਾ ਕਿਹੜਾ ਗੁਨਾਹ ਹੋ ਗਿਆ ਸੀ ਕਿ ਉਸਦੇ ਪਤੀ ਨੂੰ 20 ਸਾਲ ਦੀ ਨੌਕਰੀ ਤੋਂ ਬਾਅਦ ਬਰਖਾਸਤ ਕੀਤਾ ਗਿਆ ਹੈ। ਉਹਨੇ ਵੀ ਕਿਹਾ ਕਿ ਸਰਕਾਰ ਦਾ ਇਹ ਕਦਮ ਗਲਤ ਹੈ। ਇਸ ਮਾਮਲੇ ਵਿੱਚ ਬੀਐਸਐਫ ਨੇ ਕੋਰਟ ਆਫ ਇਨਕੁਆਇਰੀ ਕੀਤੀ ਸੀ ਜਿਸ ਵਿੱਚ ਪਾਇਆ ਗਿਆ ਕਿ ਜਵਾਨ ਦੀ ਹਰਕਤ ਕਾਰਨ ਬੀਐਸਐਫ ਦੀ ਛਵੀ ਖਰਾਬ ਹੋਈ ਹੈ। ਇਸ ਮਾਮਲੇ ਵਿੱਚ ਸਰਹੱਦ ਉੱਤੇ ਤਾਇਨਾਤ ਹੋਰ ਜਵਾਨਾਂ ਦੇ ਵੀ ਬਿਆਨ ਲਏ ਗਏ। ਇਸ ਵਿੱਚ ਖਰਾਬ ਖਾਣੇ ਨੂੰ ਲੈ ਕੇ ਕੋਈ ਸ਼ਿਕਾਇਤ ਨਹੀਂ ਮਿਲੀ। 20 ਸਾਲ ਦੀ ਨੌਕਰੀ ਦੌਰਾਨ ਤੇਜ ਬਹਾਦਰ ਪੱਛਮੀ ਬੰਗਾਲ, ਮਣੀਪੁਰ, ਅਸਮ, ਤ੍ਰਿਪੁਰਾ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ। ਤੇਜ ਬਹਾਦਰ ਦਾ ਕਹਿਣਾ ਹੈ ਕਿ ਉਸ ਨੂੰ ਡਿਊਟੀ ਦੇ ਦੌਰਾਨ 16 ਵਾਰ ਸਨਮਾਨ ਵੀ ਮਿਲ ਚੁੱਕਾ ਹੈ।